ਮਹਿਲਾ ਸ਼ਕਤੀ ਸੰਸਥਾ ਸ਼ਾਹਕੋਟ ਵੱਲੋਂ ਸੰਸਥਾ ਦੇ ਪ੍ਰਧਾਨ ਮੈਡਮ ਮਨਜੀਤ ਕੌਰ ਦੀ ਅਗਵਾਈ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਸ਼ਾਹਕੋਟ ਲੜਕੀਆਂ ਵਿਖੇ ਪੜ੍ਹਦੀਆਂ ਵਿਦਿਆਰਥਣਾਂ ਨੂੰ ਪੜ੍ਹਾਈ ਪ੍ਰਤੀ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਸਟੇਸ਼ਨਰੀ ਵੰਡੀ ਗਈ। ਇਸ ਮੌਕੇ ਸਕੂਲ ਮੁਖੀ ਆਸ਼ਾ ਰਾਣੀ ਦੀ ਅਗਵਾਈ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਮਹਿਲਾ ਸ਼ਕਤੀ ਸੰਸਥਾ ਵੱਲੋਂ ਸਕੂਲ ਦੇ 149 ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ। ਇਸ ਮੌਕੇ ਉੱਤੇ ਮੈਡਮ ਮਨਜੀਤ ਕੌਰ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਵੱਲੋਂ ਸਕੂਲ ਨੂੰ ਗੋਦ ਲਿਆ ਗਿਆ ਹੈ ਅਤੇ ਸਕੂਲ ਸਟਾਫ ਨਾਲ ਵਾਅਦਾ ਕੀਤਾ ਹੈ ਕਿ ਸੰਸਥਾ ਵੱਲੋਂ ਉਹਨਾਂ ਦੀਆਂ ਲੋੜਾਂ ਨੂੰ ਪੂਰਾ ਕੀਤਾ ਜਾਵੇਗਾ। ਇਸ ਮੌਕੇ ਸਕੂਲ ਮੁਖੀ ਮੈਡਮ ਆਸ਼ਾ ਨੇ ਸਕੂਲ ਦੇ ਸਮੂਹ ਸਟਾਫ ਅਤੇ ਵਿਦਿਆਰਥਣਾਂ ਵੱਲੋਂ ਮਹਿਲਾ ਸ਼ਕਤੀ ਸੰਸਥਾ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਹੈ ਅਤੇ ਉਹਨਾਂ ਵੱਲੋਂ ਸਮਾਜ ਭਲਾਈ ਦੇ ਕੀਤੇ ਗਏ ਉਪਰਾਲਿਆਂ ਦੀ ਸ਼ਲਾਘਾ ਕੀਤੀ ਹੈ। ਅੱਜ ਸਾਡੇ ਸਕੂਲ ਸਰਕਾਰੀ ਐਲੀਮੈਂਟਰੀ ਸਕੂਲ ਸ਼ਾਹਕੋਟ ਕੁੜੀਆਂ ਵਿਖੇ ਮਹਿਲਾ ਸ਼ਕਤੀ ਸੰਸਥਾ ਵੱਲੋਂ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ ਹੈ। ਇਹਦੇ ਲਈ ਮੈਂ ਸਕੂਲ ਮੁਖੀ ਆਸ਼ਾ ਰਾਣੀ ਮਹਿਲਾ ਸ਼ਕਤੀ ਸੰਸਥਾ ਦਾ ਬਹੁਤ ਧੰਨਵਾਦ ਕਰਦੀ ਹਾਂ। ਅੱਜ ਮਹਿਲਾ ਸ਼ਕਤੀ ਸੰਸਥਾ ਵੱਲੋਂ ਬੱਚਿਆਂ ਨੂੰ ਉਤਸ਼ਾਹਿਤ ਕਰਨ ਇੱਥੇ ਸਟੇਸ਼ਨ ਵੀ ਵੰਡੀ ਗਈ ਹੈ। ਸਾਡੇ 7-8 ਮੈਡਮਾਂ ਨੇ ਹਿੱਸਾ ਲਿਆ ਅਤੇ ਵੈਸੇ ਵੀ ਅਸੀਂ ਇਹ ਸਕੂਲ ਅਡੋਪਟ ਕੀਤਾ ਹੋਇਆ। ਗੌਰਮੈਂਟ ਗਰਲਜ਼ ਪ੍ਰਾਇਮਰੀ ਸਕੂਲ ਹੈ। ਇੱਥੇ 150 ਲੜਕੀਆਂ ਪੜ੍ਹਦੀਆਂ ਨੇ ਅਤੇ ਅਸੀਂ ਇਹਨਾਂ ਨਾਲ ਕਮਿਟਮੈਂਟ ਕੀਤੀ ਹੋਈ ਹੈ ਕਿ ਤੁਹਾਡੀ ਹਰ ਲੋੜ ਪੂਰੀ ਕਰਾਂਗੇ। ਅਤੇ ਸਾਡੀ ਪਹਿਲੇ ਸਲਾਹ ਸੀ ਕਿ ਅਸੀਂ ਫਸਟ ਸੈਕਿੰਡ ਥਰਡ ਵਾਲੇ ਬੱਚਿਆਂ ਨੂੰ ਦਈਏ, ਪਰ ਫਿਰ ਸਾਡੀ ਮਹਿਲਾ ਸ਼ਕਤੀ ਸੰਸਥਾ ਦੀ ਮੀਟਿੰਗ ਹੋਈ, ਕਹਿੰਦੇ ਨਹੀਂ ਅਸੀਂ ਸਾਰੇ ਬੱਚਿਆਂ ਨੂੰ ਦੇ ਦਈਏ। ਅਤੇ ਅੱਜ ਅਸੀਂ ਸਾਰੇ ਸਕੂਲ ਦੇ ਬੱਚਿਆਂ ਨੂੰ ਕਾਪੀਆਂ, ਪੈੱਨ, ਰਜਿਸਟਰ ਅਤੇ ਹੋਰ ਜੋ ਵੀ ਲੋੜੀਂਦਾ ਸਮਾਨ ਸੀ ਵੰਡਿਆ। ਅਤੇ ਆਪਣੇ ਵੱਲੋਂ ਕੋਸ਼ਿਸ਼ ਇਹ ਹੈਗੀ ਹੈ ਵੀ ਵੱਧ ਤੋਂ ਵੱਧ ਵਿੱਦਿਆ ਪ੍ਰਤੀ ਬੱਚਿਆਂ ਨੂੰ ਉਤਸ਼ਾਹਿਤ। ਸੀਵਾ ਨਿਊਜ਼ ਲਈ ਸ਼ਾਹਕੋਟ ਤੋਂ SH ਸਚਦੇਵਾ ਦੀ ਰਿਪੋਰਟ। KK ਮੂਵੀ ਲੈਂਡ ਸਾਹਨੇਵਾਲ, ਦਾ ਲੈਂਡ ਆਫ ਫੋਟੋਗ੍ਰਾਫੀ। ਕੰਟੈਕਟ ਫੋਰ ਵੈਡਿੰਗ ਫੋਟੋਗ੍ਰਾਫੀ, ਡਿਜੀਟਲ ਵੀਡੀਓ ਸ਼ੂਟਿੰਗ, ਪ੍ਰੀ ਵੈਡਿੰਗ ਸ਼ੂਟ, ਮੈਟ੍ਰੀਮੋਨੀਅਲ ਫੋਟੋਜ਼, ਮਾਡਲਿੰਗ ਫੋਟੋਗ੍ਰਾਫੀ, ਸਟੂਡੀਓ ਪੋਰਟਰੇਟ ਐਂਡ ਪਾਸਪੋਰਟ ਫੋਟੋਜ਼ ਫੋਰ ਐਨੀ ਅੰਬੈਸੀ। KK ਮੂਵੀ ਲੈਂਡ ਸਾਹਨੇਵਾਲ, ਦਾ ਲੈਂਡ ਆਫ ਫੋਟੋਗ੍ਰਾਫੀ। 9815706565 99150707079